ਇਹ ਜਿਹੜੇ ਗੱਦਾਰ ਆਪਣੇ ਕਮਰਿਆਂ ਦੇ ਅੰਦਰ ਬੈਠ ਕਰ ਇਹ ਸਮਝਦੇ ਆ ਕਿ ਵੀ ਅਸੀਂ ਮੁਲਕ ਨੂੰ ਚਲਾਵਾਂਗੇ। ਅਸੀਂ ਮੁਸਲਮਾਨ ਮੁਲਕ ਦੇ ਵਿੱਚ 30 ਕਰੋੜ ਮੁਸਲਮਾਨ ਹੈ ਔਰ 3 ਕਰੋੜ ਜਿਹੜਾ ਸਿੱਖ ਹੈ, ਅਸੀਂ ਸਾਰੇ ਦੇ ਸਾਰੇ ਮਿਲ ਕੇ ਕਿਸਾਨਾਂ ਦੇ ਨਾਲ ਖੜੇ ਹਾਂ ਔਰ ਉਹਦੇ ਆਖਰੀ ਕਤਲੇ ਤੱਕ ਅਸੀਂ ਇਹ ਵੀ ਮੰਗ ਲੈ ਕੇ ਲੜਦੇ ਰਹਾਂਗੇ ਜਦ ਤੱਕ ਸਾਡੀ ਇਹ ਪੂਰੀ ਨਹੀਂ।